नौकरी भी फल जावे, बच्चे भी फल जावे, जवान बीवी भी फल जावे, अम्मा अब्बा भी फल जावे। और अगर चलाया नौकरी वाले तो लोग मिन्नत कर दे, उन्हें कहे सानू दुनिया की नौकरी नहीं चाहिए, जब तक भी कहे न थे राजे का नाम ही कोई नहीं। अरे खाजा के नाम पे दे जा।
ਉੱਥ ਜਾ ਵੇਖੇ ਨਾ ਮੰਗਦਾ ਹਿੰਦੂ ਜੇ ਉਹ ਵੀ ਮੰਦਿਰ ਦੇ ਖਾਜਾ ਕੇ ਨਾਮ ਦੇ ਦੇਗਾ ਅਰੇ ਖਾਜਾ ਕੇ ਨਾਮ ਦੇ ਦੇ ਉੱਥੇ ਗਏ ਨਾ ਜਦੋਂ ਦਾਤਾ ਸਾਹਿਬ ਨੇ ਜ਼ਿਆਰਤ ਕਰੋ ਨੇ ਕਹਾ ਮੋਏ ਨੇ ਤੇ ਤਸਵੀਰ ਨਾ ਕਿਹੜੀ ਰੱਖ ਜਿਹੜਾ ਨਾਨੇ ਮਿਸ਼ਰ ਦਿੱਤਾ ਘਰ ਇੰਡੀਆ ਗਏ ਰਾਜੇ ਦੀ ਕਿਰਤੀ ਰਾਜ ਦੀ ਰਿਆਸਤ ਨੂੰ ਦਾਖਿਲ ਹੋਏ 40 ਦਰਵੇਸ਼ ਨਾਲ ਹੈ ਕਿਤਨਾ ਬੋਲਦੇ ਨਹੀਂ ਨੇ ਇਹ ਮੌਲਵੀ ਕੇ ਜਰਸੇ ਨਾ ਮੌਲਵੀ ਬੜਾ ਜਗ੍ਹਾ ਆਣ ਦੇਣਾ ਮਨੇਜ ਨੂੰ ਵੋਟ ਦੇਈਏ ਚਾਹੁੰਦੇ ਮੈਂ ਕਿਹਾ ਹੁਣ ਚਵਲ ਬੜੇ ਕਰ ਜਾਓ ਚਵਲੀ ਬੋਲੀ ਅਗਲੇ ਮੂੰਹ ਤੇ ਮਾਰ ਸੇ ਅਸਾਂ ਜੀਣਾ ਹੀ ਯਾਰ ਵਾਸਤੇ ਅਸਾਂ ਨੂੰ ਸਭਲਿਆਂ ਦੀ ਜ਼ਰੂਰਤ ਨਹੀਂ ਯਾਰ ਕਬੂਲ ਕਰ ਲਵੇ ਬਸ ਬਾਬਾ ਜੀ ਉਹ ਮਨੇ ਸਾਰ ਕੇ ਸਮਝ ਨਹੀਂ ਬਣ ਸਕਦਾ ਨਵਾਜ਼ ਆਓ ਬੈਠਾ ਜਿਹੜਾ ਮਾਂ ਦੇ ਕਜਨਾ ਦੇ ਨਾਲ ਨਹੀਂ ਲੜ ਸਕਦਾ ਜਿਹੜਾ ਜਾਇਦਾ ਨਹੀਂ ਆਇਦਾ ਕੁਛ ਤੇ ਜਿਹਦੇ ਮਗਰ ਮਰਦੇ ਪਏ ਨੇ ਅੱਜ ਹੀ ਵੇਲਾ ਆਜ ਨੇ ਇਨਕੀ ਬਣਾ ਆਜ ਮਦਦ ਮਾਰ ਅੱਜ ਵੇਲੇ ਮੰਨ ਜਾ ਬਿਰਾਦਰੀ ਨਾ ਵੇ ਯਾਰ ਨਾ ਵੇ ਹਜ਼ੂਰ ਦੀ ਅਜ਼ਮਤ ਵੇ ਜਦੋਂ ਗਏ ਨਾ ਰਸਤੇ ਇੱਕ ਥਾਂ ਤੇ ਬੜਾ ਮਜਮਾ ਹੋਵੇ ਤਕਰੀਬਨ 40,000 ਬੰਦੇ ਦਾ ਮਜਮਾ ਕਿਤਨਾ ਤੇ ਅੱਗ ਦੀਆਂ ਲਾਂਬਾਂ ਪਈਆਂ ਨਿਕਲੇ ਤੇ ਸਾਈਆਂ ਨੇ ਆਪਣੇ ਦਰਵੇਸ਼ ਨੂੰ ਭੇਜਿਆ ਉਹਨੇ ਕਿਹਾ ਜਾ ਤੇ ਇਹਨਾਂ ਤੋਂ ਅੱਗ ਲਿਆ ਤੇ ਪਾਣੀ ਗਰਮ ਕਰਕੇ ਵਜ਼ੂ ਕਰੀਏ ਖਾਜਾ ਦੇ ਪੀਰਾਂ ਨੇ ਦਿਲ ਦੀ ਨਮਾਜ਼ ਬਸ ਇਹ ਇਸ ਕਿਸੇ ਦੀ ਨਮਾਜ਼ ਹੈ ਉਹ ਚਬਾ ਲਾ ਹੁਸੈਨ ਤੋਂ ਵੱਡਾ ਕਿਹੜਾ ਆਸ਼ਿਕ ਹੈ ਹੈ ਅਜੀ ਇੱਕ ਵਾਰ ਐਲੀਅਸ ਕਰ ਔਰ ਮੁਹੰਮਦ ਦੇ ਤੇ ਫਿਰ ਵੀ ਪੜਦਾ ਪਿਆ ਸੁਭਾਨ ਰੱਬੀ ਅਲਾ ਅਲਾ ਸੁਭਾਨ ਰੱਬੀ ਆਵੇ ਨਮਾਜ਼ ਪੜੀ ਜਾਂਦੀ ਪੜੀ ਮੌਲਾ ਉਸ ਨੂੰ ਉਲਮਾ ਤੋਂ ਪੜੀ ਹੈ ਨਾ ਹਾਂ ਪੜੀ ਹੈ ਨਾ ਤੇ ਸਾਨੂੰ ਕੀ ਹੁੰਦਾ ਚੀਕਾਂ ਨੇ ਉਹਨਾਂ ਦਾ ਪੰਡਿਤ ਬੈਠਾ ਹੋਵੇ ਉਹ ਜਨਾਬ ਦਾ ਨਾਲ ਉਹਦਾ ਇੱਥੇ ਜਿਹੜਾ ਪੁੱਤਰ ਬੈਠਾ ਹੋਵੇ 5 ਸਾਲ ਦਾ ਤੇ ਜਦੋਂ ਅੱਗ ਮੰਗੀ ਤੋ ਗਰਮ ਹੋ ਗਿਆ ਸਾਰਾ ਮਜਮਾ ਤੇ ਸਾਈਂ ਦਰਵੇਸ਼ ਪਿਛਾ ਦਾ ਹਜ਼ੂਰ ਉਹ ਤਾਂ ਸਾਰੇ ਗਰਮ ਹੋ ਗਏ ਤੇ ਡਾਂਗਾ ਇੱਚਾ ਹੀ ਖਲੇ ਹੁਣ ਬਾਬਾ ਜੀ ਆਂਦਾ ਚਲੋ ਫਕੀਰ ਹੈ ਚੁੰਨੀ ਪਾ ਲਈ ਯੂ ਟਾਂਗਾ ਲੈ ਲਈ ਆਇਓ ਹੁਣ ਜਿੰਦੀ ਕੰਡ ਤੇ ਨਬੀ ਦਾ ਹੱਥ ਹੋਵੇ ਤੇ ਮਾਲਕ ਕੰਡ ਤੇ ਹਜ਼ੂਰ ਵੀ ਉਹਦੀ ਕੰਡ ਤੇ ਹੱਥ ਰੱਖਦੇ ਜਿਹੜਾ ਦਿਲ ਨੂੰ ਦਲੇਰ ਹੋਵੇ ਹਾਂ ਜਿਹੜਾ ਐ ਕਰੇ ਨਾ ਇੱਥੋਂ ਐਂ ਕੰਬੇੜ ਉਹ ਸਰਕਾਰ ਉਹਨਾਂ ਵੱਲ ਵੇਖਦਾ ਹੀ ਨਹੀਂ ਹਾਂ ਸ਼ਾਲਾ ਉਸ ਦਿਲਾ ਕਦੀ ਨੀਂਦ ਨਾ ਆਏ ਹਾਂਜੀ ਸੁਣ ਮੋਇਨੁਦੀਨ ਨਾ ਕਹਾ ਆਪਾਂ ਗੱਲ ਕਰਨੇ ਆ ਉਹਨਾਂ ਨਾਲ ਅਲੀ ਦਾ ਲਾਲ ਜਾ ਰਿਹਾ ਸੀਨਾ ਤਾਰ ਕੇ 40 ਦਰਵੇਸ਼ ਵੀ ਨਾਲ ਹੈ ਜਦੋਂ ਗਏ ਨਾ ਮਜਮੇ ਚ ਸਾਈਆਂ ਨੇ ਪੁੱਛਿਆ ਓਪਨ ਦਿੱਤਾ ਅਗਰੀ ਦਿੱਤੀ ਹੈ ਉਹਨੇ ਕਿਹਾ ਸਾਡਾ ਇਹ ਭਗਵਾਨ ਹੈ ਅਸੀਂ ਪੂਜਨੇ ਇਹਨੂੰ ਸਾਈਆਂ ਨੇ ਫਰਮਾਇਆ ਫਿਰ ਹੱਥ ਪਾ ਇਹਦੇ ਵਿੱਚ ਜਲ ਜਾਏਗਾ ਸਾਈਆਂ ਨੇ ਫਰਮਾਇਆ ਖਾਲਕ ਹੋਏ ਤੇ ਮਖਲੂਕ ਦਾ ਖਿਆਲ ਨਾ ਰੱਖੇ ਮੇਰਾ ਤਾਂ ਖਾਲਕ ਹੋਏ ਜਿਹੜਾ 70 ਮਾਵਾਂ ਤੋਂ ਵੱਧ ਕੇ ਪਿਆਰ ਕਰਦਾ ਹੈ ਉਹਨੇ ਕਿਹਾ ਜਲ ਜਾਏਗਾ ਸਾਈਆਂ ਨੇ ਫਰਮਾਇਆ ਅਗਰ ਮੈਂ ਅੱਗ ਚ ਖੜਾ ਅਜ਼ਮਤ ਇਸਲਾਮ ਵਾਸਤੇ ਅਜ਼ਮਤ ਕੁਰਾਨ ਅਗਲੀ ਗੱਲ ਸੁਣ ਹੁਣ ਪੰਡੇ ਦੀਆਂ ਵੀ ਚੀਕਾਂ ਉਹ ਪੂਰੇ ਮਜਬੇ ਦੀਆਂ ਮੋਇਨੁਦੀਨ ਪਰ ਨਹੀਂ ਪੰਡੇ ਦੇ ਪੁੱਤਰ ਪਰ ਫਰਾਂਸ ਕੁੱਤੇ ਤੋਂ ਲੈ ਛਲ ਔਰ ਇਸਰਾਇਲ ਕੁੱਤੇ ਤੋਂ ਲੈ ਗਰਮੇ ਤੇ ਹਜ਼ੂਰ ਦੇ ਗੁਲਾਮਾਂ ਤੇ ਮਾਰੇ
شیل مک گئے، گرنیٹ مک گئے، گولیاں مک گئیں، حضور دے غلاماں دے سینے نہ مکے ہیں. بابے دا نبی بھی سچائی تے بابے دا مذہب بھی سچائی، اے جھوٹا مذہب چھڈ تے تے آ محمد عربی دا غلام ہو جا. ہاں 40,000 بندہ کلمہ پڑھ کے تے موئن الدین دے غلام بن سبحان اللہ. بھائی اگے چ بڑے تے بنے کہ اوتھے تقریرا سنائی جان موئن الدین بول دے نہیں گئے ہیں. ایک آسے دے ایک آسے دے چل دے گئے تندوریاں چو چلنے چو او کوٹھی چو او کوٹھی چو تے او پھر جناب علی آ گیا تے پھر انہیں میں چھڑے پیر دی کرامات آ تویر کڈی کھڑائی او تے پھر ادھر دوڑدا کہ نوکر کھڑا ہوے ہاتھ بند کر پیرا دو فٹ پئے ہوئے تویر ویکھ لے جی نانی دی نموس تے ڈاکو نظر نہیں آئی نانے دی ختم نبوت دے او بول دے نہیں نے اے تسبیحاں نہ ویکھے کرو دا سیدنا ابوبکر صدیق سونا صدیق سچا صدیق آیا نا جدو ایک لدی جلان کے جو سرکار نے کولا تے میں سونیا ایک درویش وی گیا جناب بڑی عبادت وچ بیٹھا تے بڑا مجھ کے اللہ اللہ کیا کردا ہے تے او دے چہرہ جناب بڑا نظر آ رہی ہے خوبصورت ہے چہرے تے سنت رسول اگر اجازت دیو تے میں او دی نسبت نہ حاصل کر لواں نہ او دی محفل وچ نہ باہر آواں. حضور نے فرمایا صدیق اتو وے نہ اینو اندروں تے ویکھ اے اتو ہو رہی کٹو ہو رہی تسبیحاں نہ وے من کے نہ وے بلکہ تلوار لا جا اودا سر سلطان العارفین اقبال فرماتے ہیں تسبیح سری ہوت دل سامنے جادوگر ہے سائیں نے فرمایا کار پائے
انہیں جادو کے ذریعے نہ سپاں دا بھی برسایا کی جادا ساپی ساپ نیرے ساپی ساپ تو جدو دہرے دے نال لگے کوئی چمیلی دا پھول بن گیا کوئی گلاب دا پھول بن گیا تو پہیاں خشبو آوے انہیں پھر آگ دا بھی برسایا انہیں پھر پتھر دا بھی برسایا جدو ناکام ہویا تو ہوا چلا گیا جادوگر تے کافر تے ہوا چلا گیا پیر نو من پر دین دی وجہ تے من پر ہاں تے سائیں نے اپنی جتی مبارک نو نالین مبارک نو حکم دیتا اڈ موئن الدین نے اعلان کر دیتا ہے دنیا دا پورا جادو میری جتی دا مقابلہ نہیں کر سکتا اے غلاماں دی شان آقا دی شان دا عالم کیا سن جدو اڈی نہ جتی تے بجیاں کائنوں عمران نے بجنیاں نے انشاءاللہ میں تاں اج تک ویسے دعا منگی جتنے غازی بیٹھے اللہ قبول کر لے اے جولی چاہیے دا پورا یا اللہ جنہ جنہ ختم نبوت تے ڈاکا مارا جنہ جنہ ختم نبوت تے بل پاس کیتے جنہ جنہ حضور دی ناموس تے ڈاکا مارا جنہ جنہ ملوناں نو رہا کرن کیتا جنہ حضور دے غلاماں تے شیل مارے یا مروائے یا اللہ جڑے او دے سپورٹر ہیں جڑے انہاں دے سہولت کار ہیں یا اللہ ہر ایک نو تباہ برباد کر آمین جتیاں وجیاں تے آئے ہوئے قدمے نگاہ کرنی ہے علی ویلا نے اللہ نے فرمایا تو کتنا مرضی گنہگار ہے توبہ کر لے میں تینوں معاف کر دیسا تیرے منگل وچ کمی ہے میرے دین وچ کمی نہیں ہے کون دیتا ہے دینے کو منہ چاہیے دینے والا ہے سچا ہمارا نبی سب سے اعلی ہو والا ہمارا نبی اٹھیو مومن رب دے بندیا رب نو سجدہ کرتے صحیح وچ گناہ عمر گالی آ توبہ کرتے صحیح دلا غافل نہ ہو یکدم یہ دنیا چھوڑ جانا ہے باغیچے چھوڑ کر خالی زمین کیا بات ہے سبحان